ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਲਈ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਗਾਣੇ SVR ਨੂੰ YouTube ਤੋਂ ਹਟਾਉਣ ਮਗਰੋਂ ਹੁਣ ਮੂਸੇਵਾਲੇ ਤੇ ਗਾਇਕ ਬੋਹੇ ਮੀਆਂ ਵੱਲੋਂ ਗਾਏ ਇੱਕ ਗਾਣੇ ਨੂੰ YouTube ਤੋਂ ਹਟਾ ਦਿੱਤਾ ਗਿਆ ਹੈ ਇਹਨਾਂ ਦੋਵਾਂ ਵੱਲੋਂ ਗਾਏ ਗਾਣੇ ਸੇਮ ਬੀਫ ਨੂੰ YouTube ਤੋਂ ਹਟਾਇਆ ਗਿਆ ਹੈ ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ਪਰ ਹੁਣ ਸਰਚ ਕਰਨ ਤੇ ਸੇਮ ਬੀਫ ਗਾਣੇ ਦੀ ਵੀਡੀਓ ਦਿਖਾਈ ਨਹੀਂ ਦਿੰਦੀ ਇਹਨਾਂ ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸ਼ਾਨਦਾਰ ਗਾਣੇ ਦਿੱਤੇ ਹਨ ਇਸ ਗੀਤ ਦੀ ਵੀਡੀਓ ਨੂੰ ਜੇ ਹਿੰਦ ਵੱਲੋਂ ਕਾਪੀਰਾਈਟ ਦਾਅਵੇ ਕਾਰਨ YouTube ਤੋਂ ਹਟਾਇਆ ਗਿਆ ਹੈ ਉਂਜ ਜੇ ਹਿੰਦ ਬੋਹੇਮੀਆਂ ਦਾ ਨੇੜਲਾ ਦੋਸਤ ਹੈ ਤੇ ਇਹਨਾਂ ਨੇ ਮਿਲ ਕੇ ਕੁਝ ਸ਼ਾਨਦਾਰ ਪ੍ਰੋਜੈਕਟਾਂ ਤੇ ਕੰਮ ਵੀ ਕੀਤਾ ਪਰ ਜੇ ਹਿੰਦ ਨੇ ਬੋਹੇਮੀਆਂ ਤੇ ਸਿੱਧੂ ਮੂਸੇਵਾਲੇ ਦੇ ਗੀਤ ਸੇਮ ਬੀਫ ਤੇ ਕਾਪੀਰਾਈਟ ਦਾ ਦਾਅਵਾ ਕਿਉਂ ਠੋਕਿਆ ਇਸ ਦਾ ਕਾਰਨ ਨਹੀਂ ਪਤਾ ਲੱਗਾ ਇਹ ਗਾਣਾ ਯਸ਼ਰਾਜ 뮤직 ਦੇ ਅਧਿਕਾਰ YouTube ਤੇ ਸੀ ਪਰ ਇਹ ਹੁਣ ਇਹ ਸਿਰਫ MP3 ਵਰਜ਼ਨ ਵਿੱਚ ਇੱਕ ਨਿੱਜੀ YouTube ਚੈਨਲ ਤੇ ਮਹਈਆ ਹੈ